ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਦੂਕਾ, ਮੇਰੇ ਨਾਲ ਜੁੜ ਚੁੱਕੇ ਆ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਦੋ ਤਿੰਨ ਅਹਿਮ ਵਿਸ਼ੇ ਆ ਪੰਜਾਬ ਦੇ, ਉਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਇੱਕ ਅਹਿਮ ਵਿਸ਼ਾ ਜਿਹੜਾ ਪੰਜਾਬ ਨਾਲ ਜੁੜਿਆ, ਉਸ ਦੇ ਬਾਰੇ ਕਈ ਕਨਸੋਹਾਂ ਮਿਲ ਰਹੀਆਂ ਨੇ ਤੇ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕ ਦਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕਿ ਚੋਣਾਂ ਦੇ ਦਿਨਾਂ ਦੇ ਦੌਰਾਨ ਇੱਕ ਮਾਹੌਲ ਪੈਦਾ ਕੀਤਾ ਜਾ ਰਿਹਾ, ਪੰਜਾਬ ਦੇ ਪਾਣੀਆਂ ਦੇ ਉੱਤੇ ਇਸ ਤਰ੍ਹਾਂ ਬਾਕੀ ਡਾਕਾ ਮਾਰ ਜਾਣਗੇ ਕਿਉਂਕਿ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੋ ਰਹੀ ਹੈ ਕਿ ਕਿਵੇਂ ਰਿਪੋਰਟ ਬਣਾ ਕੇ ਦੇਣੀ ਹੈ, ਪਟਵਾਰੀਆਂ ਤੇ ਕੀ ਦਬਾਅ ਹੈ, ਇਸ ਦੇ ਨਾਲ ਜੁੜੀ ਗੱਲ ਕੀ ਹੈ, ਸੱਚਾਈ ਕੀ ਹੈ। ਭੁੱਲਰ ਸਾਹਿਬ, ਜਿਹੜੀਆਂ ਮਸਲਾ ਉੱਠਿਆ ਇਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹੈ, ਪਹਿਲਾਂ ਤਾਂ ਵਿਸਥਾਰ ਦੇ ਨਾਲ ਇਹ ਦੱਸੋ ਕਿ ਹੋਇਆ ਕੀ ਅਸਲ ਵਿੱਚ ਜਿਸ ਦੇ ਕਰਕੇ ਚਰਚਾ ਛਿੜ ਗਈ। ਸੰਦੀਪ, ਇੱਕ ਤੇ ਦੇਖੋ ਰਵਿੰਦਰ ਨਾਥ ਟੈਗੋਰ ਨੇ ਵੀ ਕਿਹਾ ਸੀ ਕਿ ਜਿਹੜਾ ਕੁਦਰਤ ਨੇ ਸੁਹੱਪਣ ਪੰਜਾਬ ਦੀ ਜ਼ਮੀਨ ਨੂੰ, ਪੰਜਾਬ ਦੀਆਂ ਪੈਲੀਆਂ ਨੂੰ ਦਿੱਤਾ, ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕੁਦਰਤ ਨੇ ਸੁਹੱਪਣ ਨਹੀਂ ਦਿੱਤਾ ਜਿੰਨਾ ਪੰਜਾਬ ਨੂੰ ਦਿੱਤਾ। ਕਿਉਂਕਿ ਪੰਜ ਦਰਿਆਵਾਂ ਦੀ ਧਰਤੀ, ਪਾਣੀ ਦੀ ਕੋਈ ਕਮੀ ਨਹੀਂ, ਇੱਥੇ ਜ਼ਮੀਨਾਂ ਇੰਨੀਆਂ ਸੋਹਣੀਆਂ ਸੀ ਕਿ ਕਈ ਕਈ ਫਸਲਾਂ ਨਿਕਲ ਆਉਂਦੀਆਂ ਸੀ ਅਤੇ ਬਹੁਤ ਵਧੀਆ ਇਹ ਧਰਤੀ ਮੰਨੀ ਗਈ ਆ। ਹੁਣ ਸਵਾਲ ਆ ਗਿਆ ਕਿ ਪੰਜ ਆਬ, ਪੰਜ ਪਾਣੀਆਂ ਦੀ ਧਰਤੀ ਸਾਡੇ ਕੋਲ ਤਾਂ ਦਰਿਆ ਹੀ ਘੱਟ ਰਹਿ ਗਏ ਨੇ। ਸਾਡੇ ਜਿਹੜੇ ਸਿਆਸੀ ਸ਼ਰੀਕ ਨੇ ਪੰਜਾਬ ਦੇ, ਉਹਨਾਂ ਨੇ ਜਿਵੇਂ ਪੰਜਾਬ ਦਾ ਪਾਣੀ ਲੁੱਟਿਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਆ। ਕਿਉਂਕਿ ਪਹਿਲਾਂ ਪੰਜ ਦਰਿਆ ਪਾਕਿਸਤਾਨ ਦੇ ਵਿੱਚ ਚਲੇ ਗਏ, ਸਾਡੇ ਕੋਲ ਕਿਹੜੇ ਰਹਿ ਗਏ? ਢਾਈ ਰਹਿ ਗਏ ਜੀ। ਢਾਈਆਂ 'ਚੋਂ ਵੀ ਸਤਲੁਜ ਤੋਂ ਹੀ ਸੁੱਕਾ ਪਿਆ। ਅਤੇ ਇਸ ਕਰਕੇ ਹੁਣ ਸਵਾਲ ਇਹ ਆ ਗਿਆ ਕਿ ਜਿਹੜੇ ਹੁਣ ਇਲਜ਼ਾਮ ਲੱਗ ਰਹੇ ਨੇ ਸੂਬਾ ਸਰਕਾਰ 'ਤੇ ਜਾਂ ਸੂਬਾ ਸਰਕਾਰ ਦੇ ਸਿੰਚਾਈ ਵਿਭਾਗ ਦੇ, ਕੀ ਇਹ ਵਾਕਈ ਇੱਕ ਗਹਿਰੀ ਸਾਜਿਸ਼ ਆ? ਕੀ ਉਸ ਸਾਜਿਸ਼ ਦੇ ਤਹਿਤ ਫਿਰ ਪੰਜਾਬ ਦੇ ਵਿੱਚ ਕੋਈ ਦਰਬਾਰਾ ਸਿੰਘ ਜੰਮ ਰਿਹਾ, ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਦਬਾਅ ਹੇਠ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਏ ਗਏ ਕੇਸ ਨੂੰ ਵਾਪਸ ਲੈ ਲਿਆ ਸੀ ਅਤੇ ਸਾਡੇ ਵਾਸਤੇ ਉਹ ਜਿਹੜਾ ਉਹਨਾਂ ਨੇ ਵਾਪਸ ਲਿਆ ਸੀ ਸੁਪਰੀਮ ਕੋਰਟ 'ਤੇ ਜਾ ਕੇ, ਅਤੇ ਉਸ ਤੋਂ ਬਾਅਦ ਪੰਜਾਬ ਦੇ ਦਰਿਆਵਾਂ ਦੇ ਵਿੱਚ, ਪੰਜਾਬ ਦੀਆਂ ਨਦੀਆਂ ਦੇ ਵਿੱਚ, ਪੰਜਾਬ ਦੇ ਖਾਲਾਂ ਦੇ ਵਿੱਚ, ਪੰਜਾਬ ਦੇ ਸੂਬਿਆਂ ਦੇ ਵਿੱਚ ਪਾਣੀ ਨਹੀਂ, ਖੂਨ ਵਗਿਆ ਸੀ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਇਤਿਹਾਸ ਵਿੱਚ ਦਰਜ ਹੋ ਚੁੱਕਾ ਕਿ ਜੇ ਪੰਜਾਬ ਦੇ ਵਿੱਚ ਖਾੜਕੂਵਾਦ ਆਇਆ, ਚਾਹੇ ਉਹਨੂੰ ਕਾਲਾ ਦੌਰ ਕਹੋ, ਚਾਹੇ ਉਹਨੂੰ ਮਾੜਾ ਦੌਰ ਕਹੋ, ਉਹਦੇ 'ਚ ਪੰਜਾਬ ਦੇ ਪਾਣੀਆਂ ਦਾ ਵੀ ਸਵਾਲ ਆ। ਬਹੁਤ ਹੀ ਸੀਨੀਅਰ ਪੱਤਰਕਾਰ ਜਿਹੜੇ ਇੰਡੀਅਨ ਐਕਸਪ੍ਰੈਸ ਜਿਨ੍ਹਾਂ ਨੇ ਕੰਮ ਕੀਤਾ ਅਤੇ ਅੱਜ ਵੀ ਵਿਭਾਗ ਟਿੱਪਣੀਆਂ ਕਰਦੇ ਨੇ, ਜਗਤਾਰ ਸਿੰਘ ਹੁਣੀ ਜਿਨ੍ਹਾਂ ਨੇ ਆਪਣੀ ਕਿਤਾਬ ਲਿਖੀ ਆ ਬਲ ਦੇ ਦਰਿਆਵਾਂ 'ਤੇ ਕਹਾਣੀ, ਉਸ ਕਿਤਾਬ ਦੇ ਵਿੱਚ ਬੜਾ ਕੁਝ ਖੁਲਾਸੇ ਹੋਏ ਨੇ। ਹੁਣ ਰਹੀ ਗੱਲ ਜਿਹੜਾ ਆਹ ਵਾਲਾ ਇਹਨਾਂ ਚੋਣਾਂ ਦੇ ਵਿੱਚ ਮੁੱਦਾ ਉੱਠ ਰਿਹਾ, ਇਹ ਬਹੁਤਾ ਜ਼ਿਆਦਾ ਸੰਗੀਨ ਆ, ਗੰਭੀਰ ਆ। ਇਸ ਮਸਲੇ ਦੇ ਵਿੱਚ ਚੰਗਾ ਹੋਵੇ ਕਿ ਪੰਜਾਬ ਦੇ ਇਰੀਗੇਸ਼ਨ ਮੰਤਰੀ, ਔਰ ਬਹੁਤ ਹੀ ਚੰਗਾ ਹੋਵੇ ਕਿ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਸ਼ੇਸ਼ ਤੌਰ 'ਤੇ ਇਸ 'ਤੇ ਟਿੱਪਣੀ ਕਰਨੀ ਚਾਹੀਦੀ ਹੈ ਕਿ ਜਿਹੜੇ ਭਰਮ ਭੁਲੇਖੇ ਪਾਏ ਜਾ ਰਹੇ ਨੇ ਜਾਂ ਜਿਹੜੀਆਂ ਨਹਿਰੀ ਪਟਵਾਰੀ ਕਹਿ ਰਹੇ ਨੇ ਕਿ ਸਾਜ਼ਿਸ਼ਾਂ ਬੁਣੀਆਂ ਜਾ ਰਹੀਆਂ ਨੇ, ਜਾਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਇਹਦੇ 'ਚ ਜਿਹੜੇ ਗੈਰ ਪੇਰੀਅਨ ਸਟੇਟ ਨੇ ਉਹਨਾਂ ਨੂੰ ਬਹੁਤ ਫਾਇਦਾ ਮਿਲੂਗਾ, ਉਸ ਸੰਦਰਭ ਦੇ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ, ਪੰਜਾਬ ਦੇ ਸਿੰਚਾਈ ਮੰਤਰੀ ਨੂੰ, ਪੰਜਾਬ ਦੇ ਸਿੰਚਾਈ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਹੋਣਾ ਨੂੰ ਇਹ ਸਥਿਤੀ ਸਪਸ਼ਟ ਕਰਨੀ ਚਾਹੀਦੀ ਆ। ਕਿਉਂਕਿ ਇੱਕ ਗੱਲ ਸਾਹਮਣੇ ਨਿਕਲ ਕੇ ਆਈ ਹੈ ਸਾਫ਼ ਜੀ ਕਿ ਕਿਵੇਂ ਮਹਿਕਮੇ ਦੇ ਵੱਲੋਂ ਦਬਾਅ ਬਣਾਇਆ ਗਿਆ ਨਹਿਰੀ ਪਟਵਾਰੀਆਂ ਦੇ ਉੱਤੇ, ਔਰ ਕਈਆਂ ਨੂੰ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਸਾਰੇ ਪਾਸੇ ਰਿਪੋਰਟਾਂ, ਜਾਂ ਕੋਈ ਥੱਲੜੇ ਅਧਿਕਾਰੀਆਂ ਨੇ ਕਿਹਾ ਸੁਣਨ ਵਿੱਚ ਆਇਆ ਕਿ ਇਸ ਤਰ੍ਹਾਂ ਹੋ ਨਹੀਂ ਸਕਦਾ ਸਰ ਜਨਾਬ, ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਅਸੀਂ ਰਿਪੋਰਟਾਂ ਬਣਾਈਏ ਕਿ ਹਰ ਟੇਲ ਤੱਕ ਪਾਣੀ ਪੁੱਜਿਆ, ਹਰ ਥਾਂ ਦੇ ਉੱਤੇ ਪਾਣੀ ਨਹੀਂ ਪੁੱਜਿਆ, ਪਰ ਉਹ ਕਹਿੰਦੇ ਨਹੀਂ ਸਾਹਿਬ ਵੱਲੋਂ ਹੁਕਮ ਹੈ
ਇਹ ਤਾਂ ਰਿਪੋਰਟ ਬਣਾਉਣੀ ਪਵੇਗੀ। ਜੇਕਰ 80 ਤੋਂ 90% ਟੇਲਾਂ ਤੱਕ ਪਾਣੀ ਕਾਗਜ਼ਾਂ ਵਿੱਚ ਦਿਖਾ ਦਿੱਤਾ ਗਿਆ, ਉਸ ਤੇ ਸਿੱਟੇ ਫਿਰ ਨੈਸ਼ਨਲ ਪੱਧਰ ਦੇ ਉੱਤੇ ਕੁਝ ਹੋਰ ਨਿਕਲ ਸਕਦੇ ਆ, ਪ੍ਰਭਾਵ ਪੈ ਸਕਦਾ। ਇਹ ਗੱਲਾਂ ਆਈਆਂ ਸਾਹਮਣੇ ਨਿਕਲ ਕੇ। ਕ੍ਰਿਸ਼ਨ ਕੁਮਾਰ ਜੀ ਇੱਕ ਇਮਾਨਦਾਰ ਅਫਸਰ, ਮਿਹਨਤੀ ਮੰਨੇ ਜਾਂਦੇ, ਲੇਕਿਨ ਉਹ ਕੰਮ ਜਬਰੀ ਵੀ ਲੈਂਦੇ ਨੇ, ਧੱਕੇ ਨਾਲ ਵੀ ਲੈਂਦੇ ਹੈਗੇ, ਚਾਹੇ ਉਹ ਟੀਚਰਾਂ ਦੇ ਨਾਲ ਗੱਲ ਕੀਤੀ ਜਾਵੇ, ਹੁਣ ਪਟਵਾਰੀਆਂ ਦੇ ਨਾਲ ਕਰ ਲਓ, ਉਹਨਾਂ ਦੀ ਕਾਬਲੀਅਤ 'ਤੇ ਕੋਈ ਸ਼ੱਕ ਨਹੀਂ ਆ। ਲੇਕਿਨ ਜਿਵੇਂ ਹੁਣ ਫਰਮਾਨ ਆ ਰਿਹਾ ਕਿ ਕ੍ਰਿਸ਼ਨ ਕੁਮਾਰ ਹੀ ਆ ਫਾਈਨਲ ਅਥਾਰਟੀ, ਜਾਂ ਉਹਨਾਂ ਦੇ ਉੱਪਰ ਸਿੰਚਾਈ ਮੰਤਰੀ ਫਾਈਨਲ ਅਥਾਰਟੀ ਆ, ਇਹ ਜੋ ਵੀ ਕਿਸਾਨ ਜਥੇ ਜਾਂ ਪਟਵਾਰੀ ਕਹਿ ਰਹੇ ਕਿ ਸਾਡੇ ਕੋਲ ਧੱਕੇ ਨਾਲ ਲਿਖਾਇਆ ਜਾ ਰਿਹਾ, ਦਬਾਅ ਬਣਾਇਆ ਜਾ ਰਿਹਾ ਕਿ ਉਹ ਰਿਪੋਰਟਾਂ ਭੇਜੋ ਵੀ ਨਹਿਰੀ ਜਿਹੜਾ ਪਾਣੀ ਆ ਉਹ 80% ਤੱਕ ਪਹੁੰਚ ਚੁੱਕਾ, ਟੇਲਾਂ 'ਤੇ ਤੱਕ ਪਹੁੰਚ ਚੁੱਕਾ। ਹੁਣ ਸਵਾਲ ਹੈ ਕਿ ਜੇ ਕਿਸਾਨਾਂ ਨੂੰ ਤੌਂਖਲਾ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਪਾਰਟੀਆਂ ਨੂੰ ਤੌਂਖਲਾ ਕਿ ਜੇ ਵਾਕਈ ਪੰਜਾਬ ਕੋਲ ਇੰਨਾ ਪਾਣੀ ਆ, ਅਤੇ ਸਾਡੇ 'ਤੇ ਕੇਸ ਸੁਪਰੀਮ ਕੋਰਟ ਤੱਕ ਚੱਲ ਰਹੇ ਨੇ, ਉੱਥੇ ਤਾਂ ਸੈਂਟਰ ਸਰਕਾਰ ਵੀ ਦਬਾਅ ਪਾ ਰਹੀ ਆ, ਦੇਸ਼ ਦੀਆਂ ਅਦਾਲਤਾਂ ਵੀ ਦਬਾਅ ਪਾ ਰਹੀਆਂ ਕਿ ਪਹਿਲਾਂ ਐਸ ਵਾਈ ਐਲ ਨਹਿਰ ਕੱਢੋ ਫਿਰ ਦੂਜੀ ਗੱਲ ਕਰਾਂਗੇ। ਅਤੇ ਜੇ ਇਹਨਾਂ ਨੂੰ ਲੱਗਾ ਕਿ ਪੰਜਾਬ 'ਚ ਪਾਣੀ ਬਹੁਤ ਜ਼ਿਆਦਾ, ਸਾਡਾ ਪਾਣੀ ਤਾਂ ਦਿੱਲੀ ਵੀ ਖੋਹ ਕੇ ਲੈ ਜੂਗਾ, ਸਾਡਾ ਪਾਣੀ ਹਰਿਆਣਾ ਖੋਹ ਕੇ ਲੈ ਜੂ, ਸਾਡਾ ਪਾਣੀ ਰਾਜਸਥਾਨ ਖੋਹ ਕੇ ਲੈ ਜੂਗਾ, ਅਤੇ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਨਹਿਰਾਂ ਦੇ ਵਿੱਚ ਤਾਂ ਤੁਹਾਨੂੰ ਪਾਣੀ ਦਿਖਦਾ, ਸੂਬਾ ਜਿਹੜੇ ਗਵਾਂਢੀ ਸੂਬੇ ਨੇ ਜਾਂ ਹੋਰ ਸਰਕਾਰਾਂ, ਲੇਕਿਨ ਸਾਡਾ ਜਿਹੜਾ ਗਰਾਊਂਡ ਲੈਵਲ ਵਾਟਰ ਆ ਉਹ 450 ਫੁੱਟ ਚਲਾ ਗਿਆ। ਜੇ ਘਰ ਦੇ ਵਿੱਚ ਨਲਕਾ ਵੀ ਲਾਉਣਾ ਹੋਵੇ ਤਾਂ 450-500 ਫੁੱਟ ਡੂੰਘੇ ਪਾਣੀ ਜਾ ਚੁੱਕੇ ਨੇ। 100 ਤੋਂ ਵੱਧ ਜਿਹੜੇ ਸਾਡੇ ਬਲਾਕ ਨੇ ਉਹ ਡਾਰਕ ਜ਼ੋਨ ਦੇ ਵਿੱਚ ਆ, ਉੱਥੇ ਪਾਣੀ ਨਹੀਂ ਹੁਣ ਨਿਕਲ ਰਿਹਾ। ਅਤੇ ਇਸ ਕਰਕੇ ਸਰਕਾਰ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਕਿ ਐਡੀ ਕਿਹੜੀ ਵੇਲਣੇ 'ਚ ਬਾਂਹ ਆਈ ਆ ਇਰੀਗੇਸ਼ਨ ਡਿਪਾਰਟਮੈਂਟ ਦੀ ਕਿ ਪਟਵਾਰੀਆਂ ਨੂੰ ਧੱਕੇ ਕੋਲ ਲਿਖਾਇਆ ਜਾ ਰਿਹਾ ਕਿ ਟੇਲਾਂ ਤੱਕ। ਜੇ ਤੁਹਾਨੂੰ ਵੋਟਾਂ ਪੈਣੀਆਂ ਲੋਕਾਂ ਨੇ ਉੱਦਾਂ ਪਾ ਦੇਣੀਆਂ। ਜੇ ਤੁਸੀਂ ਇਹ ਛਲਾਵਾ ਕਰ ਰਹੇ ਹੋ ਕਿ ਇੱਦਾਂ ਦਾ ਪ੍ਰਚਾਰ ਕਰਕੇ ਦੱਸ ਦਈਏ ਪੂਰੇ ਪੰਜਾਬ ਨੂੰ ਕਿ ਟੇਲਾਂ ਤੱਕ ਪਾਣੀ ਜਾ ਚੁੱਕਾ, ਤਾਂ ਉਹਦਾ ਨੁਕਸਾਨ ਵੀ ਹੋ ਸਕਦਾ। ਹੁਣ ਪਟਵਾਰ ਯੂਨੀਅਨ ਦਾ ਇੱਕ ਮੰਗ ਪੱਤਰ ਉਹਨਾਂ ਕੋਲ ਸ਼੍ਰੋਮਣੀ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ਕੋਲ ਪਹੁੰਚਿਆ, ਉਹਨਾਂ ਵੀ 3 ਮਿੰਟ ਦੇ ਵਿੱਚ ਪੜ੍ਹ ਕੇ ਸੁਣਾਇਆ। ਹੁਣ ਇਹ ਜਿਹੜੇ ਸਵਾਲ ਹੈ, ਔਰ ਬੀਤੇ ਦਿਨ ਕਿਸਾਨ ਜਥੇਬੰਦੀ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹਨਾਂ ਨੇ ਇਹ ਮਸਲਾ ਉਠਾਇਆ। ਇਹ ਬਹੁਤ ਸੀਰੀਅਸ ਮਸਲਾ, ਇਹਨੂੰ ਸਰਕਾਰ ਹਲਕੇ 'ਚ ਨਹੀਂ ਲੈਣਾ ਚਾਹੀਦਾ ਸਰਕਾਰ ਨੂੰ, ਔਰ ਇਹ ਗੰਭੀਰ ਮਸਲਾ, ਇਹ ਪਵਾੜੇ ਦਾ ਕਿਤੇ ਜੜ ਨਾ ਬਣ ਜਾਏ। ਇਸ ਕਰਕੇ ਜਿਹੜੀ ਸਥਿਤੀ ਆ ਸਪਸ਼ਟ ਕਰਨੀ ਚਾਹੀਦੀ ਹੈ ਕਿ ਤੁਸੀਂ ਪੰਜਾਬ ਵੀ ਹੈ ਕਿ ਪਾਣੀ ਕਈ ਥਾਵਾਂ ਦੇ ਉੱਤੇ ਨਹੀਂ ਸੀ ਪੁੱਜਿਆ, ਉੱਥੇ ਪੁੱਜਿਆ, ਲੋਕਾਂ ਨੇ ਵੀਡੀਓ ਬਣਾਈਆਂ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੇ ਪੇਜ ਦੇ ਉੱਤੇ ਸਾਂਝੀਆਂ ਕੀਤੀਆਂ। ਪਰ ਦੂਜਾ ਪੱਖ ਇਹ ਵੀ ਹੈ ਕਿ ਹਰ ਟੇਲ ਦੇ ਉੱਤੇ ਨਹੀਂ ਪਹੁੰਚਿਆ, ਲੋਕਾਂ ਦਾ ਇਹ ਕਹਿਣਾ ਜ਼ਮੀਨੀ ਪੱਧਰ ਤੇ, ਅਸੀਂ ਬਠਿੰਡਾ ਇਲਾਕੇ ਦੇ ਵਿੱਚ ਵੀ ਗਏ ਹਾਂ, ਉੱਥੇ ਵੀ ਲੋਕ ਇਹ ਕਹਿ ਰਹੇ ਆ ਕਿ ਇਹ ਗੱਲ ਵਿੱਚ ਠੀਕ ਹੈ ਕਿ ਕਿਤੇ ਕਿਤੇ ਪਾਣੀ ਜ਼ਰੂਰ ਪਹੁੰਚਾਇਆ ਸਰਕਾਰ ਨੇ ਜਿੱਥੇ ਕਦੇ ਨਹੀਂ ਸੀ ਪਹੁੰਚਿਆ ਕਈ ਸਾਲਾਂ ਤੋਂ, ਪਰ ਹਰ ਥਾਂ ਤੇ ਪਹੁੰਚ ਗਿਆ ਇਹ ਵੀ ਗੱਲ ਠੀਕ ਨਹੀਂ ਹੈ, ਸੱਚ ਨਹੀਂ ਹੈ। ਦੇਖੋ ਖਾਸ ਕਰਕੇ ਜਿਹੜੇ ਲੋਕ ਟੇਲਾਂ ਦੇ ਬੈਠੇ ਉਹਨਾਂ ਦੀ ਤਾਂ ਸ਼ੁਰੂ ਤੋਂ ਰਹੇ ਕਿ ਸਾਡੇ ਟੇਲਾਂ ਤੱਕ ਪਾਣੀ ਨਹੀਂ ਪੁੱਜਿਆ, ਜਿਨ੍ਹਾਂ ਏਰੀਆ ਦੇ ਵਿੱਚ ਪੁੱਜਿਆ ਉਹਨਾਂ ਨੂੰ ਮੁਬਾਰਕ ਅਤੇ ਸਰਕਾਰ ਨੂੰ ਵੀ ਮੁਬਾਰਕ ਕਿ ਲੋਕਾਂ ਦੀ ਜਿਹੜੀ ਚਰੋਕਣੀ ਮੰਗ ਉਹ ਪੂਰੀ ਹੋਈ ਆ। ਜਿੱਥੇ ਨਹੀਂ ਪੁੱਜਿਆ ਸਰਕਾਰ ਨੂੰ ਉੱਥੇ ਕੰਮ ਕਰਨਾ ਚਾਹੀਦਾ। ਦੇਖੋ ਪੰਜਾਬ ਦੇ ਵਿੱਚ ਇਸ ਟਾਈਮ 14-15 ਲੱਖ ਟਿਊਬਵੈੱਲ ਕਨੈਕਸ਼ਨ ਨੇ ਔਰ ਨਹਿਰੀ ਪਾਣੀ ਦੀ ਵਰਤੋਂ ਨਹੀਂ ਹੋਈ। ਪਹਿਲਾਂ ਠੀਕ ਹੈ, ਨਹਿਰੀ ਪਾਣੀ ਦੀ ਨਾਲ ਸਿੰਚਾਈ ਕਾਫੀ ਵੱਡੀ ਗਿਣਤੀ ਦੇ ਵਿੱਚ ਹੁੰਦੀ ਰਹੀ ਆ ਔਰ ਲੋਕਾਂ ਕੋਲ ਉਦੋਂ ਟਿਊਬਵੈੱਲ ਕਨੈਕਸ਼ਨ ਨਹੀਂ ਸੀ। ਹੁਣ ਨਹਿਰੀ ਸਿੰਚਾਈ ਦਾ ਜਿਹੜਾ ਮਸਲਾ ਵਾ ਉਹ ਸਰਕਾਰ ਕਹਿੰਦੇ ਕਿ ਅਸੀਂ ਟੇਲਾਂ ਤੱਕ ਪਹੁੰਚਾ ਰਹੇ ਨੇ, ਪਰ ਪਟਵਾਰੀਆਂ ਨੂੰ ਦਬਾਅ ਪਾ ਕੇ ਫਰਜ਼ੀ ਜਿਹੜੇ ਅੰਕੜੇ ਇਕੱਠੇ ਜੇ ਕੀਤੇ ਜਾ ਰਹੇ ਨਹਿਰੀ ਵਿਭਾਗ ਨੂੰ, ਉਹਦੇ 'ਚ ਤਾਂ ਕ੍ਰਿਸ਼ਨ ਕੁਮਾਰ ਹੋਣਾ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਪੰਜਾਬ ਦੇ ਸਿੰਚਾਈ ਮੰਤਰੀ ਚੇਤਨ ਸਿੰਘ ਜੌੜਾ ਮਾਰਿਆਂ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਠੀਕ ਹੈ ਜੇ ਸਰਕਾਰ ਨੇ ਚੰਗਾ ਕੰਮ ਕੀਤਾ, ਸਰਕਾਰ ਦੇ ਕੰਮ ਸਲਾਉਣੇ ਚਾਹੀਦੇ ਔਰ ਲੋਕਾਂ ਨੂੰ ਉਹਨਾਂ ਨੂੰ ਫਾਇਦਾ ਮਿਲਦਾ, ਕਿਉਂਕਿ ਇਸੇ ਕਰਕੇ ਸਰਕਾਰ ਚੁਣਦੇ ਨਾ ਜੀ।
ਵੀ ਸਾਨੂੰ ਸਰਕਾਰ ਸਾਡੀ ਭਲਾਈ ਵਾਸਤੇ ਕੰਮ ਕਰੇਗੀ, ਜਿੱਥੇ ਨਹੀਂ ਪੁੱਜਿਆ ਉੱਥੇ ਪਹੁੰਚਾਉਣਾ ਚਾਹੀਦਾ। ਪਰ ਸਵਾਲ ਇਹ ਨਹੀਂ ਹੈ ਕਿ ਪਾਣੀ ਪਹੁੰਚਿਆ ਅਤੇ ਨਹੀਂ ਪਹੁੰਚਿਆ, ਟੇਲਾਂ ਤੱਕ ਗਿਆ ਜਾਂ ਨਹੀਂ ਗਿਆ, ਜਾਂ ਸਰਕਾਰ ਭੇਜ ਪਾਈ ਢਾਈਆਂ ਸਾਲਾਂ 'ਚ ਕਿ ਨਹੀਂ ਭੇਜ ਪਾਈ, ਸਵਾਲ ਉਹ ਨਹੀਂ ਆ। ਸਵਾਲ ਇਹ ਕਿ ਫਰਜ਼ੀ ਜਿਹੜੇ ਅੰਕੜੇ ਇਕੱਠੇ ਕੀਤੇ ਜਾ ਰਹੇ ਉਹ ਸਾਡਾ ਕੇਸ ਸੁਪਰੀਮ ਕੋਰਟ ਦੇ ਵਿੱਚ ਹਾਰ ਜਾਏਗੀ। ਤੁਹਾਡਾ ਕੀ ਰਹਿੰਦਾ? ਇਹ ਜਿਹੜੇ ਖਬਰਾਂ ਲੱਗ ਰਹੀਆਂ ਅਤੇ ਹਰਿਆਣੇ ਦੀ ਸਰਕਾਰ ਨੇ ਨੋਟ ਨਹੀਂ ਕੀਤੀਆਂ ਹੋਣਗੀਆਂ, ਸੈਂਟਰ ਦੀ ਸਰਕਾਰ ਨੇ ਨੋਟ ਨਹੀਂ ਕੀਤੀਆਂ ਹੋਣਗੀਆਂ, ਰਾਜਸਥਾਨ ਦੀ ਸਰਕਾਰ ਨੇ ਨੋਟ ਨਹੀਂ ਕੀਤੀਆਂ ਹੋਣਗੀਆਂ, ਸਾਰਿਆਂ ਨੇ ਨੋਟ ਕਰ ਲਏ ਨੇ। ਜਦ ਕੱਲ੍ਹ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਏਗੀ ਜਾਂ ਸੁਪਰੀਮ ਕੋਰਟ ਨੇ ਜਦ ਕਿਹਾ ਭਾਰਤ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਕਿ ਤੁਸੀਂ ਵਿਚੋਲਗੀ ਕਰੋ, ਮੀਟਿੰਗਾਂ ਕਈ ਗੇਟ 'ਚ ਹੋ ਚੁੱਕੀਆਂ ਨੇ, ਉੱਥੇ ਇਹ ਵੇਲੇ ਅੰਕੜੇ ਪੇਸ਼ ਨਹੀਂ ਕੀਤੇ ਜਾਣਗੇ। ਇਹ ਬੜਾ ਸੀਰੀਅਸ ਮਸਲਾ, ਇਹਨੂੰ ਵੋਟਾਂ ਦੇ ਚੱਕਰ ਦੇ ਨਾਲ ਨਹੀਂ ਤੋਲਣਾ ਚਾਹੀਦਾ ਹੈਗਾ, ਕਿਤੇ ਸਾਡੇ ਵਾਸਤੇ ਇੱਕ ਵੱਡੀ ਬਿਪਤਾ ਨਾ ਬਣ ਜਾਵੇ। ਅਤੇ ਇਸ ਕਰਕੇ ਟੇਲਾਂ 'ਤੇ ਪਾਣੀ ਪਹੁੰਚਣਾ ਚੰਗੀ ਗੱਲ ਹੈ ਕਿ ਲੋਕਾਂ ਨੂੰ ਪਾਣੀ ਮਿਲਣਾ ਚਾਹੀਦਾ, ਪਰ ਹੁਣ ਟਿਊਬਵੈੱਲ ਇੰਨੇ ਜ਼ਿਆਦਾ ਲੱਗ ਚੁੱਕੇ ਨੇ ਕਿ ਸਾਡੀ ਜਿਹੜੀ ਧਰਤੀ ਆ ਉਸ ਉਹ ਆਪ ਹੀ ਪਿਆਸੀ ਹੋ ਗਈ, ਜਿਹੜੀ ਪੰਜ ਦਰਿਆਵਾਂ ਦੀ ਧਰਤੀ ਉਹ ਆਪ ਪਿਆਸੀ ਹੋਈ ਪਈ ਆ, ਔਰ ਟਿਊਬਵੈੱਲ ਅਸੀਂ ਇੰਨੇ ਬਲੋੜੇ ਵੰਡ ਦਿੱਤੇ ਹੈਗੇ ਨੇ। ਦੂਜੀ ਗੱਲ ਕਿ ਪਹਿਲਾਂ ਜਦੋਂ ਨਹਿਰੀ ਪਾਣੀ ਦੇ ਨਾਲ ਸੀ, ਪਾਣੀ ਚੋਰੀ ਹੁੰਦੇ ਸੀ, ਵਾਰੀਆਂ ਲੱਗਦੀਆਂ ਸੀ, ਲੜਾਈਆਂ ਹੁੰਦੀਆਂ ਸੀ, ਕਤਲ ਹੁੰਦੇ ਸੀ, ਪਰ ਹੌਲੀ ਹੌਲੀ ਜਦੋਂ ਟਿਊਬਵੈੱਲ ਕਨੈਕਸ਼ਨ ਸਰਕਾਰਾਂ ਅਜਿਹੀਆਂ ਆ ਗਈਆਂ ਜਿਨ੍ਹਾਂ ਨੇ ਬਾਅਦ 'ਚ ਟਿਊਬਵੈੱਲ ਕਨੈਕਸ਼ਨਾਂ ਦੇ ਨਾਮ 'ਤੇ ਸਿਆਸਤ ਕੀਤੀ, ਪੈਸੇ ਇਕੱਠੇ ਕੀਤੇ, ਬੇਲੋੜੇ ਟਿਊਬਵੈੱਲ ਕਨੈਕਸ਼ਨ ਵੰਡੇ ਗਏ, ਔਰ ਉਹਦੇ ਨਾਲ ਲੋਕਾਂ ਨੂੰ ਫਾਇਦਾ ਵੀ ਹੋਇਆ ਅਤੇ ਨੁਕਸਾਨ ਵੀ ਹੋਇਆ। ਹੁਣ ਨਹਿਰੀ ਜਿਹੜਾ ਇਰੀਗੇਸ਼ਨ ਆ, ਹੁਣ ਤਾਂ ਜ਼ਮੀਨ ਕਿੰਨੀ ਕੁ ਰਹਿ ਗਈ ਆ ਅਤੇ ਕਿਹੜਾ ਕੌਣ ਜਾ ਕੇ ਨੱਕੇ ਮੋੜਨ ਜਾਂਦਾ, ਉਹ ਵੀ ਇੱਕ ਵੱਡਾ ਸਵਾਲ ਆ। ਇਸ ਕਰਕੇ ਜਿਹੜੀ ਓਪੋਜੀਸ਼ਨ ਪਾਰਟੀਆਂ ਨੇ ਮੁੱਦਾ ਚੁੱਕਿਆ ਜਾਂ ਕਿਸਾਨ ਜਥੇਬੰਦੀਆਂ ਨੇ ਮੁੱਦਾ ਚੁੱਕਿਆ, ਇਹਦੇ 'ਤੇ ਹੋਰ 'ਤੇ ਕੋਈ ਜਵਾਬ ਦੇਵੇ ਤਾਂ ਯਕੀਨ ਨਹੀਂ ਆਉਣਾ। ਇਸ ਮਸਲੇ ਦੇ ਉੱਤੇ ਸਰਕਾਰ ਨੂੰ ਜਿਹੜੀ ਆਪਣੀ ਇਹ ਨੀਤੀ ਆ ਉਹ ਸਪਸ਼ਟ ਕਰਨੀ ਚਾਹੀਦੀ ਆ। ਮੁੱਖ ਮੰਤਰੀ ਅਗਰ ਭਗਵੰਤ ਮਾਨ ਆ ਚੋਣ ਪ੍ਰਚਾਰ ਚੱਲਦਾ ਉਹਦੇ 'ਚ ਸਥਿਤੀ ਸਪਸ਼ਟ ਕਰਨੀ ਚਾਹੀਦੀ, ਚਾਹੇ ਉਹ ਇੱਦਾਂ ਹੀ ਬੋਲ ਦੇਣ ਕਿ ਵਿਰੋਧੀ ਇਲਜ਼ਾਮ ਲਗਾ ਰਹੇ ਨੇ, ਵਿਰੋਧੀ ਇਹ ਕਹਿ ਰਹੇ ਨੇ, ਵਿਰੋਧੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਕਿਸਾਨ ਗੁੰਮਰਾਹ ਕਰ ਰਹੇ ਨੇ, ਇੱਦਾਂ ਕਹਿ ਕੇ ਵੀ ਤੁਸੀਂ ਆਪਣੀ ਜਿਹੜੀ ਨੀਤੀ ਆ ਸਟੈਂਡ ਸਪਸ਼ਟ ਕਰ ਸਕਦੇ ਕਿ ਸੱਚਾਈ ਕੀ ਆ। ਲੋਕ ਸੱਚਾਈ ਜਾਣਨਾ ਚਾਹੁੰਦੇ ਨੇ ਕਿ ਆਖਿਰ ਵਾਕਏ ਇਹ ਜਿਹੜੇ ਪਟਵਾਰੀਆਂ ਨੇ, ਨਹਿਰੀ ਪਟਵਾਰੀਆਂ ਨੇ ਖੁਲਾਸੇ ਕੀਤੇ ਨੇ, ਰਿਕਾਰਡਿੰਗਾਂ ਵਾਇਰਲ ਹੋਈਆਂ ਨੇ, ਮੰਗ ਪੱਤਰ ਦਿੱਤੇ ਜਾ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਤੌਂਖਲਾ, ਇਹ ਜਿਹੜੀ ਸਥਿਤੀ ਹੈ ਘੱਟੋ ਘੱਟ ਸਰਕਾਰ ਨੂੰ ਸਪਸ਼ਟ ਕਰ ਦੇਣੀ ਚਾਹੀਦੀ ਹੈ। ਨਹੀਂ ਤਾਂ ਪੰਜਾਬ ਦਾ ਪਾਣੀਆਂ ਦਾ ਪੰਜਾਬ ਦੇ ਪਾਣੀਆਂ ਨੂੰ ਪਹਿਲਾਂ ਵੀ ਲੁੱਟਿਆ ਗਿਆ, ਜਬਰੀ ਖੋਇਆ ਗਿਆ, ਪੰਜਾਬ ਦਾ ਜਾਨੀ ਨੁਕਸਾਨ ਹੋਇਆ, ਪੰਜਾਬ ਦਾ ਆਰਥਿਕ ਨੁਕਸਾਨ ਹੋਇਆ, ਇਹ ਫਿਰ ਜਿਹੜੀ ਸਥਿਤੀ ਆ ਇਹ ਪੰਜਾਬ ਵਾਸਤੇ ਮਾੜੀ ਹੋ ਸਕਦੀ ਹੈ। ਜੀ, ਜਿੱਥੇ ਇੱਕ ਪੰਜਾਬ ਲਈ ਇਹ ਮੁੱਦਾ ਹੈ, ਸਾਰੇ ਚੋਣਾਂ ਦੇ ਰੌਲੇ ਦੇ ਵਿੱਚ ਜਿੱਥੇ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਹੈ, ਉੱਥੇ ਮਸਲਾ ਬੜਾ ਹੀ ਮਹੱਤਵਪੂਰਨ ਹੈ। ਇੱਕ ਅਗਲਾ ਮਸਲਾ ਹੈ, ਭਾਵੇਂ ਉਹ ਦਿੱਲੀ ਨਾਲ ਜੁੜਿਆ, ਕਹਿੰਦੇ ਕਿ ਮੁੱਖ ਮੰਤਰੀ ਦੇ ਪੀਏ ਨੇ ਬੜੀ ਜਿਹੜੀ ਆ ਗਲਤ ਹਰਕਤ ਕੀਤੀ, ਜਾਂ ਕਹਿ ਲਓ ਧੱਕੇਸ਼ਾਹੀ ਕਰ ਦਿੱਤੀ ਇੱਕ ਤਰ੍ਹਾਂ, ਔਰ ਇਹ ਦੋਸ਼ ਆ ਜਿਹੜੇ ਉਹ ਕਿਸੇ ਹੋਰ ਨੇ ਨਹੀਂ ਲਾਏ, ਕਿਸੇ ਬਗਾਨਿਆਂ ਨੇ ਨਹੀਂ ਲਾਏ, ਜਿਹੜੇ ਰਾਜ ਸਭਾ ਮੈਂਬਰ ਨੇ ਉੱਥੋਂ ਦੇ ਦਿੱਲੀ ਦੇ ਵਿਮਨ, ਜਿਹੜਾ ਵਿਮਨ ਸੈੱਲ ਹੁੰਦਾ ਹੈ ਉਸਦੇ ਚੇਅਰਪਰਸਨ ਵੀ ਰਹਿ ਚੁੱਕੇ ਆ, ਤਾਂ ਉਹਨਾਂ ਨੇ ਲਾਏ ਨੇ, MP ਨੇ, ਤਾਂ ਉਹ ਜਿਹੜੇ ਦੋਸ਼ ਲੱਗੇ ਸੀ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਅਪਡੇਟ ਕੀ ਆਇਆ? ਦੇਖੋ, ਬੜਾ ਸੀਰੀਅਸ ਮਸਲਾ, ਜਿਹੜੇ ਸ਼ਵਾਤੀ ਮਾਲੀਵਾਲ ਨੇ, ਇੱਕ ਰਾਜ ਸਭਾ ਮੈਂਬਰ ਨੇ, ਜਾਣੀ ਮਾਣੀ ਹਸਤੀ ਨੇ, ਔਰ ਇੱਕ ਜੇ ਰਾਜ ਸਭਾ ਮੈਂਬਰ ਕਿਸੇ ਮੁੱਖ ਮੰਤਰੀ ਦੇ ਘਰ ਸੇਫ ਨਹੀਂ ਆ ਤਾਂ ਤੁਸੀਂ ਆਮ ਨਾਰੀ ਨੂੰ ਕਿਵੇਂ ਦੇ ਸਕਦੇ? ਦਿੱਲੀ ਤਾਂ ਅੱਗੇ ਹੀ ਔਰਤਾਂ ਨੂੰ ਲੈ ਕੇ ਸੇਫ ਨਹੀਂ ਆ, ਅਤੇ ਹੁਣ ਸਰਕਾਰੀ ਕੋਠੀਆਂ ਦੇ ਵਿੱਚ ਵੀ ਔਰਤਾਂ ਸੇਫ ਨਹੀਂ ਆ। ਹੁਣ ਸਵਾਲ ਹੈ ਕਿ ਪੂਰੇ ਇੱਕ ਦਿਨ ਬਾਅਦ ਆਮ ਆਦਮੀ ਪਾਰਟੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਇਸ ਮਸਲੇ ਦੇ ਵਿੱਚ। ਖੁਦ ਰਾਜ ਸਭਾ ਮੈਂਬਰ ਸੰਜੇ ਸਿੰਘ ਹੋਣਾ ਨੇ ਸਪਸ਼ਟੀਕਰਨ ਦਿੱਤਾ ਕਿ ਸ਼ਵਾਤੀ ਮਾਲੀਵਾਲ ਦੇ ਨਾਲ ਬਹੁਤ ਮਾੜਾ ਆ,
ਨਿੰਦਣਯੋਗ ਹੈ, ਗਲਤ ਵਿਹਾਰ ਹੋਇਆ। ਹੁਣ ਇੱਕ ਰਾਜ ਸਭਾ ਮੈਂਬਰ ਦਿੱਲੀ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਰਹਿ ਚੁੱਕੀ ਹੋਵੇ, ਆਮ ਆਦਮੀ ਪਾਰਟੀ ਦੀ ਫਾਊਂਡਰ ਮੈਂਬਰ ਹੋਵੇ, ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਨਵੀਨ ਜੈ ਹਿੰਦ ਦੀ ਤਲਾਕਸ਼ੁਦਾ ਪਤਨੀ ਹੋਵੇ, ਰਾਜ ਸਭਾ ਮੈਂਬਰ ਹੋਵੇ, ਇੱਕ ਕੀ ਸੰਦੀਪ ਕਿਸੇ ਮੁੱਖ ਮੰਤਰੀ ਦੇ ਪੀਏ ਦੀ ਇੰਨੀ ਔਕਾਤ ਹੋ ਸਕਦੀ, ਇੰਨੀ ਹਿੰਮਤ ਹੋ ਸਕਦੀ, ਇੰਨੀ ਯੁਰਤ ਹੋ ਸਕਦੀ, ਇੰਨਾ ਹੌਸਲਾ ਹੋ ਸਕਦਾ ਕਿ ਉਹ ਆਪਣੀ ਪਾਰਟੀ ਦੇ ਰਾਜ ਸਭਾ ਮੈਂਬਰ ਨੂੰ ਕੁੱਟਣ? ਇਹਦਾ ਮਤਲਬ ਕਿਸੇ ਨਾ ਕਿਸੇ ਉੱਤੇ ਦਬਾਅ ਹੱਥ ਹੋਏਗਾ। ਹੁਣ ਪਰਦਾ ਪਾਇਆ ਜਾ ਰਿਹਾ ਇਹ ਸਭ ਤੋਂ ਵੱਡਾ, ਕਿ ਅਗਰ ਮੁੱਖ ਮੰਤਰੀ ਦੇ ਘਰ ਦੇ ਵਿੱਚ ਡਰਾਇੰਗ ਰੂਮ ਦੇ ਵਿੱਚ ਬੈਠੀ ਹੋਵੇ ਔਰ ਉੱਥੇ ਵਿਭਵ ਕੁਮਾਰ ਜਿਹੜਾ ਇੱਕ ਮਾਮੂਲੀ ਇੱਕ ਵੀਡੀਓ ਐਡੀਟਰ ਸੀ, ਉਹ ਇੱਕ ਮੁੱਖ ਮੰਤਰੀ ਦਾ ਪਰਸਨਲ ਅਸਿਸਟੈਂਟ ਬਣਦਾ, ਪ੍ਰਾਈਵੇਟ ਸੈਕਟਰੀ ਬਣ ਜਾਂਦਾ, ਅਤੇ ਉਹ ਇੱਕ ਵੀਡੀਓ ਐਡੀਟਰ ਇਸ ਉਹਦਾ ਸਫ਼ਰ ਮੁੱਖ ਮੰਤਰੀ ਦੇ ਘਰ ਤੱਕ ਅਤੇ ਉਹਨਾਂ ਦੇ ਨਾਲ ਪਰਸਨਲ ਸਟਾਫ ਦੇ ਤੌਰ 'ਤੇ ਬਣ ਜਾਂਦਾ, ਅਤੇ ਉਹ ਇੱਕ ਰਾਜ ਸਭਾ ਮੈਂਬਰ ਨੂੰ ਟਿੱਚ ਜਾਣ ਦਾ ਆਪਣੀ ਇਸ ਹਰਕਤ ਦੇ ਨਾਲ ਆਮ ਆਦਮੀ ਪਾਰਟੀ ਸ਼ਰਮਿੰਦਾ ਹੋਈ ਕਿ ਨਹੀਂ? ਪਰ ਲਾਜ਼ਮੀ ਤੌਰ 'ਤੇ ਸ਼ਵਾਤੀ ਮਾਲੀਵਾਲ ਮੈਡਮ ਬੜੇ ਸ਼ਰਮਿੰਦਾ ਹੋਏ ਨੇ ਕਿ ਮੈਂ ਇਸ ਪਾਰਟੀ ਵਾਸਤੇ ਇੰਨਾ ਕੰਮ ਕੀਤਾ ਅਤੇ ਮੈਨੂੰ ਘਰਾਂ ਦੇ ਵਿੱਚ ਕੁੱਟਿਆ ਜਾ ਰਿਹਾ। ਉਹ ਤੁਹਾਨੂੰ ਯਾਦ ਸ਼ਵਾਤੀ ਮਾਲੀਵਾਲ ਹੋਣਾ ਨੇ ਇੱਕ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪਰਦਾ ਫਾਸ਼ ਕੀਤਾ ਸੀ, ਕਿਉਂਕਿ ਚਾਹੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ ਕੰਟਰੋਲ ਕਿੰਨੇ ਕਰਨੀ ਭਾਰਤ ਸਰਕਾਰ ਨੇ, ਅਤੇ ਅੱਧੀ ਰਾਤ ਉਹ ਦਿੱਲੀ ਦੀਆਂ ਸੜਕਾਂ 'ਤੇ ਘੁੰਮਦੇ ਨੇ ਅਤੇ ਉਹਨਾਂ ਨੂੰ ਵੀ ਲੋਕ ਛੇੜ ਜਾਂਦੇ ਨੇ, ਅਤੇ ਫਿਰ ਕਹਿੰਦੇ ਸੀ ਕਿ ਦਿੱਲੀ ਸੁਰੱਖਿਅਤ ਨਹੀਂ ਕਿਉਂਕਿ ਦੇਸ਼ ਦੀ ਸਰਕਾਰ ਬੀਜੇਪੀ ਦੀ ਸਰਕਾਰ ਆ। ਉਸ ਔਰਤ ਜਿਹਨੇ ਬੀਜੇਪੀ ਦਾ ਪਰਦਾ ਫਾਸ਼ ਕੀਤਾ ਸੜਕਾਂ 'ਤੇ ਜਾ ਕੇ ਬਤੌਰ ਉੱਥੋਂ ਦੀ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਹੋਣ ਦੇ ਨਾਤੇ, ਉਹ ਮੁੱਖ ਮੰਤਰੀ ਦੇ ਘਰ ਦੇ ਵਿੱਚ ਸੇਫ ਨਹੀਂ, ਉਹਨੂੰ ਕੁੱਟਿਆ ਗਿਆ, ਮਾਰੇ ਗਿਆ, ਜਲੀਲ ਕੀਤਾ ਗਿਆ। ਇਹ ਆਮ ਆਦਮੀ ਪਾਰਟੀ ਦੇ ਕਰੈਕਟਰ 'ਤੇ ਸਵਾਲ ਖੜ੍ਹੇ ਹੋ ਗਏ ਨੇ। ਔਰ ਆਮ ਆਦਮੀ ਪਾਰਟੀ ਜਦੋਂ ਬਣੀ ਉਹਨਾਂ ਨੇ 3C ਦਾ ਪਹਿਰਾ ਦਿੱਤਾ ਸੀ ਕਿ ਸਾਡੇ ਵਿੱਚ ਕੋਈ ਕ੍ਰਿਮੀਨਲ ਬੈਕਗਰਾਊਂਡ ਦਾ ਨਹੀਂ ਹੋਏਗਾ, ਫਸਟ ਸੀ ਫੋਰ ਕ੍ਰਿਮੀਨਲ, ਸਾਡਾ ਕਰੈਕਟਰ ਬਹੁਤ ਹੋਊਗਾ, ਉਹ ਵੀ ਕਰੈਕਟਰ ਦਾ ਪਰਦਾ ਫਾਸ਼ ਹੋ ਗਿਆ, ਸਾਡੇ 'ਚ ਕਰਪਟਡ ਜਾਂ ਕਰਪਸ਼ਨ ਹੀ ਹੋਏਗੀ, ਉਹ ਵੀ ਪਰਦਾ ਫਾਸ਼ ਹੋਇਆ। ਮਤਲਬ ਸੀ 3 C ਸੀ, ਕ੍ਰਿਮੀਨਲ, ਕਰਪਸ਼ਨ ਅਤੇ ਦੂਜਾ ਕਰੈਕਟਰ, ਉਹਦਾ ਤਾਂ ਹੁਣ ਲੋਕਾਂ ਨੇ ਪਰਦਾ ਫਾਸ਼ ਕਰ ਹੀ ਦਿੱਤਾ ਹੈਗਾ। ਇਸ ਸਵਾਲ ਦੇ ਵਿੱਚ ਹੁਣ ਸੰਜੇ ਸਿੰਘ ਕੀ ਕਹਿ ਰਹੇ ਨੇ ਪਰਦਾ ਪਾਉਣ ਵਾਸਤੇ, ਪਰਦਾ ਫਾਸ਼ 'ਤੇ, ਕਿ ਇਹ ਖੁਦ ਨੋਟਿਸ ਲੈ ਲਿਆ ਕੇਜਰੀਵਾਲ ਸਾਹਿਬ ਨੇ, ਕੇਜਰੀਵਾਲ ਸਾਹਿਬ ਇਸ 'ਤੇ ਕਾਰਵਾਈ ਕਰਨੀ। ਹੁਣ ਸਵਾਲ ਆ ਕਿ ਉਸ 'ਤੇ ਪਰਚਾ ਹੁਣ ਤੱਕ ਕਿਉਂ ਨਹੀਂ ਦਰਜ ਕੀਤਾ ਗਿਆ, ਉਹਨੂੰ ਉੱਥੋਂ ਕੱਢਿਆ ਕਿਉਂ ਨਹੀਂ ਗਿਆ, ਉਹਨੂੰ ਥਾਣੇ ਕਿਉਂ ਨਹੀਂ ਪਹੁੰਚਾਇਆ ਗਿਆ ਹੈਗਾ ਨਾ? ਇਹ ਬਹੁਤ ਵੱਡੇ ਸਵਾਲ। ਕੀ ਹੁਣ ਆਪਸੀ ਸਮਝੌਤਾ ਕੀਤਾ ਜਾ ਰਿਹਾ, ਰਾਜ਼ੀਨਾਮਾ ਕਰਵਾਇਆ ਜਾ ਰਿਹਾ, ਮਾਫ਼ੀ ਦਵਾਈ ਜਾ ਰਹੀ ਹੈ? ਇਹ ਸੀਰੀਅਸ ਆ। ਹੁਣ ਦੇਖੋ, ਕੱਲ੍ਹ ਇੱਕ ਬੀਬੀ ਜਗੀਰ ਕੌਰ ਹੋਣਾ ਨੇ ਜਦ ਕਹਿ ਦਿੱਤਾ ਕਿ ਸਾਡਾ ਭੈਣ ਭਰਾ ਵਾਲਾ ਸੀ ਰਿਸ਼ਤਾ, ਜਾਂ ਚਰਨੀ ਚੰਨੀ ਸਾਹਿਬ ਨੇ ਵੀ ਕਹਿ ਦਿੱਤਾ ਕਿ ਮੈਂ ਉਹਨਾਂ ਨੂੰ ਆਪਣੀ ਮਾਵਾਂ ਦੇ ਬਰਾਬਰ, ਭੈਣਾਂ ਦੇ ਬਰਾਬਰ ਸਮਝਦਾ। ਲੋਕਾਂ ਨੇ ਵੀਡੀਓ ਦੇ ਨਾਲ ਛੇੜਖਾਨੀ ਕੀਤੀ, ਬੀਬੀ ਜਗੀਰ ਕੌਰ ਹੋਣਾ ਨੇ ਲੋਕਾਂ ਨੂੰ ਅਤੇ ਪੋਲੀਟੀਕਲ ਪਾਰਟੀਆਂ 'ਤੇ ਲਾਹਨਤ ਵੀ ਪਾਈ ਆ। ਅਤੇ ਦੇਖੋ, ਜਿਹੜੇ ਪੰਜਾਬ ਵੂਮੈਨ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜੀ ਲਾਲੀ ਗਿੱਲ ਰਾ ਹੈ ਨਾ, ਉਹਨਾਂ ਨੇ ਸੋ ਮੋਟੂ ਲੈ ਲਿਆ। ਹੁਣ ਰਾਜੀ ਗਿੱਲ ਮੈਡਮ ਨੂੰ ਇਹ ਨਹੀਂ ਲੈਣਾ ਪਿਆ, ਹਾਲਾਂਕਿ ਦਿੱਲੀ ਦਾ ਮਸਲਾ, ਲੇਕਿਨ ਬਤੌਰ ਇੱਕ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਹੋਣ ਦੇ ਨਾਤੇ ਇਹ ਵੀ ਤੌਖਲਾ ਪ੍ਰਗਟ ਕਰਨਾ ਚਾਹੀਦਾ ਸੀ ਕਿ ਸਾਡੀ ਦਿੱਲੀ ਦੀ ਸਰਕਾਰ ਨੂੰ ਜਿਸ ਵੀ ਬੰਦੇ ਨੇ, ਜਿਸ ਵੀ PA ਨੇ, ਵਿਭਵ ਕੁਮਾਰ ਨੇ ਸ਼ਵਾਤੀ ਮਾਲ ਦੇ ਨਾਲ ਬਦਤਮੀਜ਼ੀ ਕੀਤੀ, ਉਹ ਮਾੜੀ ਗੱਲ ਆ। ਘੱਟੋ ਘੱਟ ਨਿੰਦ ਤਾਂ ਸਕਦੇ ਸੀ ਨਾ,
ਬਿਲਕੁਲ ਟਵੀਟ ਤਾਂ ਘੱਟੋ ਘੱਟ ਕਰ ਦਿੰਦੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਰਹਿੰਦੇ ਆ ਆਮ ਆਦਮੀ ਪਾਰਟੀ ਦੇ ਲੀਡਰ। ਦਿੱਲੀ ਦੀ ਮੰਤਰੀ ਆਤਸ਼ੀ ਖੰਡਨ ਕਰ ਸਕਦੇ, ਨਿੰਦਾ ਕਰ ਸਕਦੇ। ਪੰਜਾਬ ਦੀਆਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ, ਅਨਮੋਲ ਗਗਨ ਮਾਨ ਹੁਣੀ ਕਰ ਸਕਦੇ ਸੀ, ਲੇਕਿਨ ਨਹੀਂ, ਅਗਰ ਕੋਈ ਹੋਰ ਪਾਰਟੀ ਹੁੰਦੀ ਤਾਂ ਇਹਨਾਂ ਨੇ ਟਵੀਟ 'ਤੇ ਟਵੀਟ ਕਰਦੇ ਨੇ। ਮਤਲਬ ਇਹ ਬਹੁਤ ਵੱਡਾ ਗੁਨਾਹ ਕੀਤਾ। ਇਸ ਕਰਕੇ ਹਾਲੇ ਵੀ ਅਰਵਿੰਦ ਕੇਜਰੀਵਾਲ ਸਾਹਿਬ ਦੇਰ ਕਰ ਰਹੇ ਨੇ, ਹਾਲਾਂਕਿ ਉਹਨਾਂ ਨੇ ਅੱਜ ਉੱਥੇ ਹਰਿਆਣੇ ਦੇ ਵਿੱਚ ਚੋਣ ਪ੍ਰਚਾਰ ਕੀਤਾ, ਉੱਥੋਂ ਵੀ ਇੱਕ ਸੁਨੇਹਾ ਦੇ ਸਕਦੇ ਦੇਸ਼ ਦੀ ਨਾਰੀ ਨੂੰ। ਮਣੀਪੁਰ ਦੇ ਵਿੱਚ ਜੋ ਘਟਨਾਵਾਂ ਹੋਈਆਂ, ਬੀਜੇਪੀ ਸਰਕਾਰ ਦੀ ਲੋਕਾਂ ਨੇ ਰੱਜ ਕੇ ਨਿੰਦਾ ਕੀਤੀ, ਕਿਵੇਂ ਉੱਥੇ ਧੀਆਂ ਭੈਣਾਂ ਨੂੰ ਨੰਗੇ ਕਰਕੇ ਘੁਮਾਇਆ, ਕੀ ਕੁਝ ਇੱਕ ਹੋਇਆ, ਉਹ ਸਾਰੀ ਦੁਨੀਆ ਨੇ ਉਹਦੀ ਨਿੰਦਿਆ ਕੀਤੀ, ਔਰ ਆਮ ਆਦਮੀ ਪਾਰਟੀ ਨੇ ਵੀ ਕੀਤੀ ਹੈ। ਇੱਕ ਸਟੇਟ ਦੇ ਵਿੱਚ ਇਹ ਕੁਝ ਹੋਇਆ, ਦੋ ਫਿਰਕਿਆਂ ਦੇ ਵਿੱਚ ਮਤਿਓਈ ਔਰ ਦੂਜੇ ਭਾਈਚਾਰੇ ਦੇ ਵਿੱਚ ਵਾਪਰਿਆ, ਤੁਹਾਡੇ ਅਤੇ ਤੁਹਾਡੇ ਘਰ ਦੇ ਵਿੱਚ ਹੀ ਵਾਪਰ ਗਿਆ ਨਾ, ਇਹ ਹੁਣ ਲੋਕ ਸਵਾਲ ਖੜ੍ਹੇ ਕਰ ਰਹੇ ਨੇ। ਹਾਲਾਂਕਿ ਅੱਜ ਜਿਹੜਾ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਸੰਜੇ ਸਿੰਘ ਹੋਣਾ ਨੇ, ਉਸ 'ਤੇ ਨਵੀਨ ਜੈ ਹਿੰਦ ਉਹਨਾਂ ਵੀ ਟਵੀਟ ਕੀਤਾ ਹੈਗਾ, ਕਿਉਂਕਿ ਨਵੀਨ ਜੈ ਹਿੰਦ ਹੋਣਾ ਦਾ ਵਿਆਹ ਹੋਇਆ ਸੀ, 2001 ਦੇ ਵਿੱਚ ਉਹਨਾਂ ਦਾ ਡਿਵੋਰਸ ਹੋ ਗਿਆ ਸੀ ਸ਼ਵਾਤੀ ਮਾਲੀਵਾਲ। ਉਹਨਾਂ ਨੂੰ ਵੀ ਦਰਦ ਹੋਇਆ ਕਿ ਜਿਸ ਪਾਰਟੀ ਵਾਸਤੇ ਸ਼ਵਾਤੀ ਮਾਲੀਵਾਲ ਇੰਨਾ ਕੰਮ ਕੀਤਾ, ਉਹਦੇ ਨਾਲ ਇੱਕ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਦੇ ਵਿੱਚ, ਸਰਕਾਰੀ ਘਰ ਦੇ ਵਿੱਚ, ਡਰਾਇੰਗ ਰੂਮ ਦੇ ਵਿੱਚ ਜਿਹੜੀ ਘਟਨਾ ਵਾਪਰੀ, ਉਹ ਵਾਕਿਆ ਨਿੰਦਣਯੋਗ ਆ। ਹੁਣ ਸ਼ਵਾਤੀ ਮਾਲੀਵਾਲ ਕਿਉਂ ਚੁੱਪ ਆ, ਰਾਜ ਸਭਾ ਮੈਂਬਰ ਆ, ਉਹਨਾਂ ਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ, ਕੋਈ ਖੌਫ ਨਹੀਂ ਹੋਣਾ ਚਾਹੀਦਾ, ਔਰ ਅਜਿਹੇ ਲੋਕ ਜੋ ਵੀ ਆ ਕੇਜਰੀਵਾਲ ਸਾਹਿਬ ਦੇ ਸਟਾਫ ਦੇ ਵਿੱਚ, ਉਹਨਾਂ ਨੂੰ ਤੁਰੰਤ ਅਰੈਸਟ ਵੀ ਕਰਾਉਣਾ ਚਾਹੀਦਾ ਸੀ, ਪਰਚਾ ਦਰਜ ਕਰਾਉਣਾ ਚਾਹੀਦਾ, ਔਰ ਉਹਨੂੰ ਆਪਣੇ ਘਰੋਂ ਵੀ ਜਾਂ ਸਰਕਾਰੀ ਦਫ਼ਤਰ 'ਚੋਂ ਵੀ ਕੱਢ ਦੇਣਾ ਚਾਹੀਦਾ ਸੀ, ਕਿਉਂਕਿ ਇੱਕ ਅਜਿਹੀ ਮਿਸਾਲੀ ਸਜ਼ਾ ਬਣਦੀ ਆ, ਔਰ ਦੂਜੀਆਂ ਪਾਰਟੀਆਂ ਨੂੰ ਵੀ ਸੁਨੇਹਾ ਮਿਲਦਾ ਕਿ ਦੇਖੋ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਇੱਕ ਐਮ ਪੀ ਦੇ ਨਾਲ ਇਹ ਵਧੀਕ ਕੀਤੀ, ਉਹਨਾਂ ਐਕਸ਼ਨ ਲਿਆ। ਪਰ ਗੱਲ ਇਹ ਹੈ ਕਿ ਨੈਤਿਕਤਾ ਤਾਂ ਆਮ ਆਦਮੀ ਪਾਰਟੀ 'ਚ ਦਿਖਾਈ ਦੇ ਨਹੀਂ ਰਹੀ, ਕਿ ਕਿਵੇਂ ਮੰਤਰੀ ਜੇਲ੍ਹ ਦੇ ਵਿੱਚ ਆ, ਅਸਤੀਫੇ ਨਹੀਂ ਦਿੱਤੇ ਜਾਂਦੇ ਰਹੇ ਹੈਗੇ ਨੇ, ਅਹੁਦਿਆਂ ਦਾ ਆਨੰਦ ਮਾਣਦੇ ਰਹੇ ਨੇ ਜੀ। ਤਾਂ ਜਿੱਥੇ ਮਸਲਾ ਇੱਕ ਤੀਸਰਾ ਜੁੜਿਆ ਉਹ ਇਹ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਸਾਰੇ ਕਰ ਰਹੇ ਆ, ਕਾਗਜ਼ ਭਰੇ ਜਾ ਰਹੇ ਆ, ਨਾਮਜ਼ਦਗੀ ਪੱਤਰ ਭਰੇ ਜਾ ਚੁੱਕੇ ਆ ਵੱਖ ਵੱਖ ਉਮੀਦਵਾਰਾਂ ਵੱਲੋਂ, ਪਰ ਇੱਕ ਖਾਸ ਸੀਟ ਜਿਹੜੀ ਫਰੀਦਕੋਟ ਦੀ ਬਣੀ ਉਸ ਦੇ ਵਿੱਚ ਇੱਕ ਖਾਸ ਉਮੀਦਵਾਰ ਅੱਗੇ ਬਣ ਗਏ, ਉਹ ਕਰਮਜੀਤ ਅਨਮੋਲ। ਕਲਾਕਾਰ ਭਾਈਚਾਰੇ ਚ ਆਉਂਦੇ ਨੇ ਤੇ ਕਲਾਕਾਰਾਂ ਦੀ ਗਿਣਤੀ ਬਹੁਤ ਦੇਖਣ ਨੂੰ ਮਿਲੀ ਅੱਜ ਤੱਕ ਉਹਨਾਂ ਨਾਲ, ਹਾਲਾਂਕਿ ਨਾਮਜ਼ਦਗੀ ਪੱਤਰ ਭਰਾਉਣ ਵੇਲੇ ਵੀ ਅੱਜ ਔਰ ਇਸ ਤੋਂ ਪਹਿਲਾਂ ਵੀ ਕਾਫੀ ਕਲਾਕਾਰ, ਹਾਲਾਂਕਿ ਦੂਜੇ ਪਾਸੇ ਵੀ ਬੀਜੇਪੀ ਵੱਲੋਂ ਕਲਾਕਾਰ ਹੀ ਨੇ ਬਹੁਤ ਵੱਡੇ ਹੰਸਰਾਜ ਹੰਸ ਖੜੇ ਆ, ਹਾਲਾਂਕਿ ਉਹਨਾਂ ਨੂੰ ਤੇ ਵਿਰੋਧ ਦਾ ਸਾਹਮਣਾ ਵੀ ਕਾਫੀ ਜ਼ਿਆਦਾ ਕਰਨਾ ਪਿਆ, ਇੱਕ ਵੱਖਰਾ ਇਸ਼ੂ ਆ। ਪਰ ਕਲਾਕਾਰਾਂ ਦੀ ਗਿਣਤੀ ਕਰਮਜੀਤ ਅਨਮੋਲ ਦੇ ਨਾਲ ਪਹਿਲੀ ਵਾਰੀ ਹੋ ਸਕਦਾ ਇਸੇ ਤਰ੍ਹਾਂ ਹੋਇਆ ਹੋਵੇ, ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਦੋਂ MP ਬਣੇ ਸੀ ਪਹਿਲੀ ਵਾਰ ਪ੍ਰਚਾਰ ਉਹਨਾਂ ਵੇਲੇ ਵੀ ਹੋਇਆ ਕਲਾਕਾਰਾਂ ਵੱਲੋਂ ਅਦਾਕਾਰਾਂ ਵੱਲੋਂ, ਪਰ ਉਦੋਂ ਵੀ ਇੰਨੀ ਵੱਡੀ ਗਿਣਤੀ ਨਹੀਂ ਸੀ ਹੋਈ ਜਿੰਨੀ ਕਿ ਕਰਮਜੀਤ ਅਨਮੋਲ ਦੇ ਵੇਲੇ ਕਲਾਕਾਰ ਪ੍ਰਚਾਰ ਦੇ ਲਈ ਉਤਰੇ ਨੇ। ਸੰਦੀਪ, ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਰਮਜੀਤ ਅਨਮੋਲ ਹੋਣਾ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਕਿੰਨਾ ਦੋਸਤ, ਮੁਹੱਬਤ, ਪਿਆਰ ਅਤੇ ਮੇਲਜੋਲ ਆ, ਇਹ ਉਹਦਾ ਸਾਬਤ ਕਰਦਾ ਕਿ ਉਹ ਖੁਦ ਕਿੰਨੇ ਮਿਲਣਸਾਰ ਨੇ, ਉਹ ਕਿੰਨੇ ਆਪਸੀ ਭਾਈਚਾਰਕ ਸਾਂਝ ਰੱਖਦੇ ਨੇ, ਇਹ ਕਰਮਜੀਤ ਅਨਮੋਲ ਹੋਣਾ ਨੇ ਸਾਬਤ ਕਰ ਦਿੱਤਾ। ਤੁਸੀਂ ਵੀ ਅਤੇ ਅਸੀਂ ਵੀ ਬੜੀਆਂ ਇਲੈਕਸ਼ਨਾਂ ਕਵਰ ਕੀਤੀਆਂ ਨੇ, ਵਿਧਾਨ ਸਭਾ, ਲੋਕ ਸਭਾ। ਪਹਿਲਾਂ ਮੁੱਲ ਦੇ ਪ੍ਰਚਾਰ ਦੇ ਵਿੱਚ ਮੁੱਲ ਦੇ ਗਾਇਕ ਆਉਂਦੇ ਰਹੇ ਨੇ, ਮੁੱਲ ਦੇ ਹੀ ਇੱਥੇ ਸਟਾਰ ਕੰਪਨ ਦੇ ਵਿੱਚ ਬਾਲੀਵੁੱਡ ਦੇ ਅਦਾਕਾਰ ਆਉਂਦੇ ਰਹੇ ਨੇ, ਪੈਸੇ ਲੈਂਦੇ ਰਹੇ ਨੇ, ਪਰ ਆਹ ਜਿਹੜੀ ਮੁਹੱਬਤ ਆ ਦਿਖਾਈ ਦੇ ਰਹੀ ਆ ਕਰਮਜੀਤ ਅਨਮੋਲ, ਇਹ ਆ ਕਿ ਦੋਸਤੀ ਆ। ਦੇਖੋ, ਗਿੱਪੀ ਗਰੇਵਾਲ ਸਾਡੀ ਪੰਜਾਬੀ ਇੰਡਸਟਰੀ ਦਾ ਇੱਕ ਕਹਿ ਸਕਦੇ ਕਿ ਆਉਣ ਵਾਲੇ ਸਮੇਂ ਦਾ, ਚਾਹੇ ਉਹਨੂੰ ਅਕਸ਼ੇ ਕਹਿ ਲਓ, ਚਾਹੇ ਉਹਨੂੰ ਸਲਮਾਨ ਖਾਨ ਕਹਿ ਲਓ, ਚਾਹੇ ਅਮੀਰ ਖਾਨ ਕਹਿ ਲਓ, ਚਾਹੇ ਉਹਨੂੰ ਅਮਿਤਾਭ ਬੱਚਨ ਕਹਿ ਲਓ, ਜਿਸ ਪੁਜੀਸ਼ਨ 'ਤੇ ਉਹ ਪੰਜਾਬੀ ਇੰਡਸਟਰੀ ਨੂੰ
ਲਿਜਾ ਚੁੱਕਾ ਗਿੱਪੀ ਗਰੇਵਾਲ, ਕਿਉਂਕਿ ਪਹਿਲੀ ਫਿਲਮ ਆ ਕਿ 100 ਕਰੋੜ ਦੇ ਵਿੱਚ ਗਈ ਆ, ਇਹ ਪੰਜਾਬ ਇੰਡਸਟਰੀ ਵਾਸਤੇ ਇੱਕ ਮਾਣਮੱਤੀ ਵਾਲੀ ਗੱਲ ਆ। ਹੁਣ ਚਾਹੇ ਗਿੱਪੀ ਗਰੇਵਾਲ ਹੋਵੇ, ਚਾਹੇ ਬੀ ਐੱਨ ਸ਼ਰਮਾ ਹੋਣ, ਰੋਸ਼ਨ ਪ੍ਰਿੰਸ ਹੋਣ, ਬੀਨੂ ਢਿੱਲੋਂ ਹੋਣ, ਨਿਸ਼ਾ ਬਾਨੋ ਹੋਵੇ, ਨਰੇਸ਼ ਕਤੂਰੀਆ ਹੋਵੇ, ਕਿਹੜਾ ਕਿਹੜਾ ਨਹੀਂ ਆ ਪੰਜਾਬੀ ਫਿਲਮ ਦਾ ਅਦਾਕਾਰ ਐਕਟਰ ਜਿਹੜਾ ਫਰੀਦਕੋਟ ਨਹੀਂ ਗਿਆ? ਇਹਦਾ ਮਤਲਬ ਇਹ ਹੈ ਕਿ ਕਰਮਜੀਤ ਅਨਮੋਲ ਹੋਣੀ ਖੁਦ ਬੜੇ ਮਲਾਪੜੇ ਨੇ, ਔਰ ਉਹਨਾਂ ਦੀ ਇੱਕ ਆਪਣੀ ਇੰਡਸਟਰੀ ਦੇ ਵਿੱਚ ਆਪਣਾ ਇੱਕ ਵਜੂਦ ਆ ਹੋਂਦ ਆ, ਕਿਉਂਕਿ ਆਮ ਘਰ 'ਚੋਂ ਉੱਠਿਆ ਇੱਕ ਬੰਦਾ ਇਸ ਪੁਜੀਸ਼ਨ 'ਤੇ ਉਹ ਆਪਣੀ ਮਿਹਨਤ ਦੇ ਨਾਲ ਪੁੱਜਿਆ, ਪੰਜਾਬੀ ਫਿਲਮਾਂ ਦੇ ਵਿੱਚ ਆਪਣਾ ਸਥਾਨ ਬਣਾਉਣਾ ਐਕਟਿੰਗ ਦੇ ਜ਼ਰੀਏ, ਗਾਇਕੀ ਦੇ ਜ਼ਰੀਏ, ਔਰ ਦੂਜਾ ਦੋਸਤੀ ਭਗਵੰਤ ਮਾਨ ਹੋਣਾ ਦੀ, ਕਿਉਂਕਿ ਭਗਵੰਤ ਮਾਨ ਹੋਣਾ ਨੇ ਬੀਨੂ ਢਿੱਲੋਂ, ਇਹ ਉਦੋਂ ਦੇ ਨੇ, ਇਹਨਾਂ ਦੇ ਦੋਸਤ ਸੀ ਜੋ 10ਵੀਂ 11ਵੀਂ 'ਚ ਪੜ੍ਹਦੇ, ਉਦੋਂ ਇਹਨਾਂ ਦੀਆਂ ਟੇਪਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਹੈ, ਕਮੇਡੀ ਨੂੰ ਲੈ ਕੇ ਕੈਸਟਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ। ਉਹ ਦੋਸਤ ਸੀ, ਤੁਸੀਂ ਲਾ ਲਓ ਕਿ ਕਿੰਨੇ ਸਾਲ ਪੁਰਾਣੀ ਆ, ਫਿਰ ਇਕੱਠਿਆਂ ਨੇ ਪੜ੍ਹਨਾ, ਇਕੱਠਿਆਂ ਨੇ ਐਕਟਿੰਗ ਕੀਤੀ, ਔਰ ਭਗਵੰਤ ਮਾਨ ਹੋਣਾ ਨੇ ਦੋਸਤੀ ਦੇ ਤੌਰ 'ਤੇ ਫਰੀਦਕੋਟ ਤੋਂ ਉਹਨੂੰ ਚੋਣ ਲੜਾਈ, ਔਰ ਫਰੀਦਕੋਟ ਉਹਨੇ ਖੁਦ ਕਮਾਲ ਸੰਭਾਲੀ। ਉਹਦੇ ਕਾਰਨ ਕਿੰਨੇ ਲੋਕ ਸਿੰਗਰ ਪਹੁੰਚ ਰਹੇ ਨੇ, ਦੋਸਤ ਪਹੁੰਚ ਰਹੇ, ਔਰ ਮੈਨੂੰ ਲੱਗਦਾ ਇਹੋ ਇੱਕ ਦੋਸਤੀ ਹੋਣੀ ਚਾਹੀਦੀ ਹੈ ਕਿ ਲੋੜ ਪੈਣ 'ਤੇ ਦੋਸਤ ਦੇ ਕੰਮ ਨਹੀਂ ਆਉਂਦਾ ਅਤੇ ਉਸ ਦੋਸਤੀ ਦਾ ਕੀ ਫਾਇਦਾ। ਦੂਜਾ ਸਿਆਸੀ ਪੱਖ ਇਹ ਵੀ ਹੈ ਫਰੀਦਕੋਟ ਦੇ ਹਲਕਿਆਂ ਵਿੱਚ ਖਾਸ ਕਰਕੇ ਵਿਚਾਰਿਆ ਜਾ ਰਿਹਾ ਕਿ ਕੀ ਕਰਮਜੀਤ ਅਨਮੋਲ ਇਕੱਲਾ ਕਲਾਕਾਰਾਂ ਦੇ ਚਿਹਰਿਆਂ ਦੇ ਸਿਰ ਦੇ ਉੱਤੇ ਚੋਣ ਜਿੱਤਣਗੇ, ਜਾਂ ਫਿਰ ਆਮ ਆਦਮੀ ਪਾਰਟੀ ਦੇ ਪਿਛਲੇ 20-25 ਮਹੀਨਿਆਂ ਦੀ ਜਿਹੜੀ ਕਾਰਵਾਈ ਹੈ, ਕਾਰਗੁਜ਼ਾਰੀ ਹੈ, ਉਸ ਦੇ ਆਧਾਰ ਦੇ ਉੱਤੇ ਚੋਣ ਲੜ ਰਹੇ ਹੈ? ਕਿਉਂਕਿ ਇਹਦੇ 'ਚ ਜਦੋਂ ਇਲੈਕਸ਼ਨ ਹੁੰਦੀ, 3-4 ਚੀਜ਼ਾਂ ਬਹੁਤ ਸੰਦੀ ਮੈਟਰ ਕਰਦੀਆਂ। ਇੱਕ ਤਾਂ ਸਰਕਾਰ ਦੇ ਕੰਮ, ਸਰਕਾਰ ਦੀਆਂ ਨੀਤੀਆਂ, ਪਾਰਟੀ ਦੀਆਂ ਏਜੰਡੇ, ਦੂਜਾ ਖੁਦ ਦੀ ਇੱਕ ਪਰਸਨੈਲਿਟੀ, ਤੀਜਾ ਤੁਹਾਡੀ ਦੋਸਤੀ ਦੇ ਵਿੱਚ ਪ੍ਰਚਾਰ ਨੂੰ ਕਿਵੇਂ ਸਿਖਰ ਤੱਕ ਲੈ ਕੇ ਜਾਣਾ। ਇੱਥੇ ਦੇ 5 ਮਹੀਨਿਆਂ 'ਚ ਸਰਕਾਰ ਦੇ ਕੰਮ ਕੀਤੇ ਨੇ, ਉਹਦਾ ਫਾਇਦਾ ਤਾਂ ਹੀ ਹੁੰਦਾ ਜੇ ਖੁਦ ਉੱਥੇ ਕੈਂਡੀਡੇਟ ਕਿੰਨਾ ਸਟਰੋਂਗ ਆ। 5 ਮਹੀਨਿਆਂ ਦੇ ਸਰਕਾਰ ਦੇ ਕੰਮ ਉਹ ਲੋਕਾਂ ਨੇ ਪਾ ਦੇਣਗੇ, 1 ਤਰੀਕ ਨੂੰ ਵੋਟਾਂ ਪਾ ਦੇਣਗੀਆਂ, ਪਰ ਕਰਮਜੀਤ ਅਨਮੋਲ ਇੱਕ ਆਪਣੇ ਆਪ 'ਚ ਇੱਕ ਪਰਸਨੈਲਿਟੀ ਆ, ਉਹਨੂੰ ਦੱਸਣ ਦੀ ਲੋੜ ਨਹੀਂ ਆ। ਬਾਕੀ ਕੈਂਡੀਡੇਟ ਅਗਰ ਆਮ ਆਦਮੀ ਪਾਰਟੀ ਦੇ ਗੱਲ ਕੀਤੀ ਜਾਵੇ ਤਾਂ ਕਰਮਜੀਤ ਅਨਮੋਲ ਦੇ ਬਰਾਬਰ ਨਹੀਂ ਆ, ਹਲਕੇ ਲੱਗਦੇ ਨੇ ਮੈਨੂੰ। ਔਰ ਤੀਜਾ ਪ੍ਰਚਾਰ ਨੂੰ ਲੈ ਕੇ, ਹਰ ਪਾਰਟੀ ਪ੍ਰਚਾਰ ਵਾਸਤੇ ਇਹਨਾਂ ਨੇ ਆਪਣੇ ਦੋਸਤ ਬੁਲਾ ਲਏ ਨੇ। ਦੂਜੇ ਦੇਖੋ, ਇੱਥੇ ਜਦੋਂ BJP ਦਾ ਪ੍ਰਚਾਰ ਉਹਨਾਂ ਨੇ, ਅਮਿਤ ਸ਼ਾਹ ਸਾਹਿਬ ਨੇ ਆਉਣਾ, ਰਾਜਨਾਥ ਸਿੰਘ ਸਾਹਿਬ ਨੇ ਆਉਣਾ, ਮੋਦੀ ਸਾਹਿਬ ਨੇ ਆਉਣਾ, ਕਾਂਗਰਸ ਵੇਲੇ ਪ੍ਰਚਾਰ ਜੋ ਰੈਲੀਆਂ ਹੋਣਗੀਆਂ, ਸ਼ਾਇਦ ਰਾਹੁਲ ਗਾਂਧੀ ਆਵੇ, ਪ੍ਰਿੰਕਾ ਗਾਂਧੀ ਆਉਣਾ, ਹਰ ਇੱਕ ਦਾ ਪ੍ਰਚਾਰ ਕਰਨ ਦਾ ਤਰੀਕਾ, ਸਟਾਰ ਕੰਪੇਨਰ ਹੈ। ਅਤੇ ਕਰਮਜੀਤ ਅਨਮੋਲ ਨੂੰ ਲੱਗਾ ਹੋਊਗਾ ਕਿ ਇਹ ਮੇਰੇ ਸਟਾਰ ਕੰਪੇਨਰ ਮੇਰੇ ਇਹ ਹੀ ਹੈ। ਦੇਖੋ, ਜਿਹੜੇ ਵੋਟਰ ਹੁੰਦੇ ਕਿਤੇ ਨਾ ਕਿਤੇ ਪਲੱਸ ਮਾਈਨਸ ਹੁੰਦੇ ਕਿ ਯਾਰ ਅੱਛਾ ਗਿੱਪੀ ਗਰੇਵਾਲ ਵੀ ਆ ਗਿਆ, ਯਾਰ ਬੰਦਾ ਚੰਗਾ ਹੋਊਗਾ। ਉਹ ਲੋਕਾਂ ਦੇ ਨਾ ਮਾਨਸਿਕ ਤੌਰ 'ਤੇ ਅਸਰ ਪੈਂਦਾ। ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਭਗਵੰਤ ਮਾਨ ਸਾਹਿਬ 2014-2019 ਦੇ ਵਿੱਚ ਖੁਦ ਲੜੇ ਸੀ MP ਬਣੇ, ਉਦੋਂ ਇੰਨੇ ਸਿੰਗਰ ਨਹੀਂ ਦੇਖੇ ਉੱਥੇ, ਤਾਂ ਸਿਰਫ ਕੌਣ ਹੁੰਦਾ ਸੀ, ਬੀਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਅਤੇ ਤੀਜਾ ਖੁਦ ਭਗਵੰਤ ਮਾਨ। ਹਾਂ, ਕਦੀ ਕਦਾਈ ਇੱਕ ਅੱਧੀ ਵਾਰ ਆਏ ਸੀ ਬੱਬੂ ਮਾਨ, ਹੈ ਨਾ, ਪਰ ਚੋਣ ਪ੍ਰਚਾਰ ਦੇ ਵਿੱਚ ਜ਼ਿਆਦਾ ਕਰਮਜੀਤ ਅਨਮੋਲ ਔਰ ਭਗਵੰਤ ਮਾਨ। ਖੁਦ ਸੰਤ ਰਾਮਦਾਸ ਜੀ ਦੀ ਉਹ ਜਿਹੜੀ ਨਜ਼ਮ ਆ ਕਿ ਮਗਦਾ ਰਹੀਵੇਂ ਸੂਰ ਜਾਂ ਕਮੀਆਂ ਦੇ ਵਿਹੜੇ, ਉਹ ਅਕਸਰ ਗਾਉਂਦੇ ਸੀ ਨਾ। ਪਰ ਹੁਣ ਸਵਾਲ ਹੈ ਕਿ ਦੂਜੇ ਪਾਸੇ ਪ੍ਰਚਾਰ ਦੇ ਤੌਰ 'ਤੇ ਤੁਹਾਡਾ ਬਹੁਤ ਅਸਰ ਪੈਂਦਾ ਹੈਗਾ। BJP ਦੇਖੋ, ਚਾਹੇ BJP ਨੇ ਮਿਊਂਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਲੜਨੀ ਹੋਵੇ, ਚਾਹੇ ਸੂਬਾ ਅਸੈਂਬਲੀ ਲੜਨੀ ਹੋਵੇ,
ਚਾਹੇ ਲੋਕ ਸਭਾ, ਉਹਨਾਂ ਦਾ ਸਟਾਰ ਕੰਪੇਨਰ ਕੌਣ ਹੈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਇਸ ਕਰਕੇ ਕਰਮਜੀਤ ਅਨਮੋਲ ਨੂੰ ਲੱਗਾ ਹੋਊਗਾ ਕਿ ਮੇਰੇ ਇਹ ਯਾਰ ਦੋਸਤ ਇਸ ਮੌਕੇ ਆ ਰਹੇ ਨੇ ਅਤੇ ਮੈਨੂੰ ਫਾਇਦਾ ਚੁੱਕਣਾ ਚਾਹੀਦਾ। ਔਰ ਯਾਰੀ ਵੀ ਇਹ ਹੁੰਦੀ ਆ, ਹਾਂ ਹੰਸਰਾਜ ਹੰਸੋਨ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਪਰਸਨੈਲਿਟੀ ਆ। ਇੱਥੇ ਆਪਾਂ ਜੇ ਤੁਲਨਾ ਕਰੀਏ ਤਾਂ ਕਰ ਵੀ ਸਕਦੇ ਹਾਂ ਕਿ ਕਰਮਜੀਤ ਅਨਮੋਲ ਦਾ ਹੰਸਰਾਜ ਹੰਸ ਦੇ ਮੁਕਾਬਲੇ ਏਡਾ ਵੱਡਾ ਨਾਮ ਨਹੀਂ ਜਿੱਡਾ ਹੰਸਰਾਜ ਦਾ ਵੱਡਾ ਨਾਮ ਆ। ਉਹ ਵੀ ਆਪਣੀ ਇਸ ਗੱਲ ਤੋਂ ਬੁਰਾ ਨਹੀਂ ਮਨਾਉਣਗੇ ਕਿ ਹੰਸਰਾਜ ਹੰਸੋਨੀ ਇੱਕ ਵੱਡਾ ਨਾਮ ਆ। ਰਹੀ ਗੱਲ ਸ਼ਾਇਦ ਉਹਨਾਂ ਨੇ ਨਾਮ ਬੁਲਾਇਆ ਹੋਵੇ, ਪਰ ਇੱਕ ਗੱਲ ਹੈ ਕਿ ਇਹ ਜਿਹੜੀ ਚੋਣ ਹੈ ਕਾਫੀ ਦਿਲਚਸਪ ਹੋ ਚੁੱਕੀ ਆ, ਔਰ ਸਿੰਗਰਾਂ ਦਾ ਆਉਣਾ, ਔਰ ਬਾਕੀ ਵੀ ਜਿਹੜੇ ਪੰਜਾਬ ਦੇ ਅਗਰ 12 ਹਲਕਿਆਂ ਦੀ ਗੱਲ ਕੀਤੀ ਜਾਵੇ, ਉੱਥੇ ਹਲੇ ਕੋਈ ਸਟਾਰ ਕੰਪੇਨਰ ਨਹੀਂ ਬੁਲਾਏ ਗਏ ਜਾਂ ਸਿੰਗਰ ਨਹੀਂ ਬੁਲਾਏ ਗਏ। ਹੁਣ ਹੋ ਸਕਦਾ ਕਿ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਚੋਣ ਲੜ ਰਹੇ ਨੇ ਅਰਵਿੰਦ ਖੰਨਾ, ਜਦੋਂ ਪਹਿਲੀ ਵਾਰ MLA ਜਾਂ MP ਦੀ ਉਹਨੇ ਚੋਣ ਲੜੀ ਸੀ, ਅਤੇ ਜਿਹੜੇ ਅੱਜ ਕੱਲ੍ਹ ਪੰਜਾਬ ਕਿੰਗਜ਼ 11 ਦੇ ਮਾਲਕਨ ਨੇ ਪ੍ਰੀਟੀ ਜੈਂਟਾ, ਉਹ ਕਾਫੀ ਵਾਰ ਆਉਂਦੇ ਰਹੇ ਨੇ। ਹੋਰ ਵੀ ਜਿਹੜੇ ਲੋਕ ਬੁਲਾਉਂਦੇ ਰਹੇ ਨੇ, BJP ਦੇ ਵੱਲੋਂ ਵੀ ਸਟਾਰ ਕੰਪੇਨਰ ਦੇ ਤੌਰ 'ਤੇ ਆ ਸਕਦੇ ਨੇ, ਉਹਨਾਂ ਦੇ ਜਿਹੜੇ MP ਨੇ ਜਾਂ ਜਿਹੜੇ ਭੋਜਪੁਰੀ ਐਕਟਰ ਨੇ ਮਨੋਜ ਵਾਜਪਾਈ, ਉਹ ਲੁਧਿਆਣੇ ਆ ਕੇ ਪ੍ਰਚਾਰ ਕਰ ਸਕਦੇ ਨੇ, ਚੰਡੀਗੜ੍ਹ ਆ ਕੇ ਕਰ ਸਕਦੇ ਨੇ। ਲੇਕਿਨ ਇਹ ਜਿਹੜਾ ਕਰਮਜੀਤ ਅਨਮੋਲ ਵਾਲਾ ਸਵਾਲ ਆ, ਦੇਖੋ ਉਹਦੀ ਇਹ ਹੈ ਕਿ ਉਹ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਚੰਗਾ ਨਾਮ ਰੱਖਦੇ, ਇੱਕ ਚੰਗਾ ਮੁਕਾਮ ਰੱਖਦੇ ਨੇ, ਅਤੇ ਇਸੇ ਕਰਕੇ ਜਿਹੜੇ ਵੀ ਉਸ ਉਹਨਾਂ ਦੇ ਨਾਲ ਜੁੜੇ ਨੇ, ਉਹ ਆਪਣਾ ਦੋਸਤੀ ਦਾ ਫਰਜ਼ ਨਿਭਾਉਣ ਆ ਰਹੇ ਨੇ। ਔਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ, ਜਾਂ ਹੋਰ ਵੀ ਸਾਨੂੰ ਸੁਣਨ ਵਾਲੇ, ਕਿ ਇੰਡਸਟਰੀ ਦੇ ਵਿੱਚ ਵੀ ਐਕਟਰਾਂ ਦੇ ਆਪਣੇ ਆਪਣੇ ਗਰੁੱਪ ਜੇ, ਆਪਣੇ ਆਪਣਾ ਇੱਕ ਫਿਰਕਾ ਜਿਹਾ ਬਣ ਚੁੱਕਾ ਹੈਗਾ, ਅਤੇ ਉਹ ਉਹਦੇ 'ਚ ਇਹ ਲੱਗਦਾ ਕਿ ਕਰਮਜੀਤ ਅਨਮੋਲ ਹੋਣੀ ਆਪਣਾ ਮੁਕਾਮ ਉੱਪਰ ਰੱਖਦੇ ਨੇ, ਇਸੇ ਕਰਕੇ ਹਰ ਰੋਜ਼ ਨਵੇਂ ਤੋਂ ਨਵੇਂ ਜਿਹੜੇ ਉਹਦੇ ਸਾਥੀ ਨੂੰ ਆ ਕੇ ਚੋਣ ਪ੍ਰਚਾਰ ਕਰ ਰਹੇ ਨੇ। ਔਰ ਅੱਜ ਨਾਮਜ਼ਦਗੀ ਪੱਤਰ ਕਰਨ ਦਾ ਆਖਰੀ ਦਿਨ ਸੀ ਪੰਜਾਬ ਦੇ ਵਿੱਚ, ਔਰ ਇਸ ਰੋਡ ਸ਼ੋਅ ਦੇ ਵਿੱਚ ਉਹਨਾਂ ਨੂੰ ਬਲ ਦਿੱਤਾ ਹੈ ਗਿੱਪੀ ਗਰੇਵਾਲ ਹੋਣਾ ਨੇ, ਔਰ ਜਿਨ੍ਹਾਂ ਦੀ ਇਸ ਸਮੇਂ ਫਿਲਮ ਵੀ ਚੱਲ ਰਹੀ ਹੈਗੀ ਆ ਛਿੰਦਾ ਛਿੰਦਾ ਨੋ ਪਾਪਾ, ਉਹਦੇ ਚੱਕਰ ਦੇ ਵਿੱਚ ਕਰਮਜੀਤ ਅਨਮੋਲ ਨੂੰ ਕਿੰਨਾ ਬਲ ਮਿਲਦਾ ਹੈਗਾ, ਇਹ ਤੇ 4 ਤਰੀਕ ਨੂੰ ਹੀ ਪਤਾ ਲੱਗੇਗਾ। ਇਹਨਾਂ 2-3 ਅਹਿਮ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ, ਤੁਸੀਂ ਕੀ ਸੋਚਦੇ ਸਮਝਦੇ ਹੋ, ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅੱਜ ਦੀ ਇਸ ਚਰਚਾ ਵਿੱਚ ਇਹਨਾਂ ਹੀ ਸਾਨੂੰ ਦਵਾ ਗਿਆ। ਧੰਨਵਾਦ।